ਪ੍ਰਾਈਮ ਇਤਾਲੀਆ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਜਨੇ ਕੁਝ ਖਾਸ ਨਿਊਜ਼ ਲੈ ਕੇ ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਲੀ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਵੋ ਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਸਭ ਤੋਂ ਪਹਿਲਾਂ ਹਮੇਸ਼ਾ ਇਟਲੀ ਦੇ ਵਿੱਚ ਦੇਖਾਂਗੇ 24 ਘੰਟਿਆਂ ਦੌਰਾਨ ਕਿੰਨੇ ਕੇਸਿਸ ਆਏ ਹਨ ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 2668 ਨਵੇਂ ਕੇਸਿਸ ਦੇ ਚਾਲੀ ਡੈਥ रिकॉर्ड ਕੀਤੀਆਂ ਗਈਆਂ ਹਨ ਤੇ 0.8% ਦਾ ਉੱਥੇ ਦਾ ਪੋਜ਼ਿਟਿਵਿਟੀ ਰੇਟ ਹੈ ਜਿਵੇਂ ਕਿ ਤੁਸੀਂ ਜਾਣਦੇ ਹੋਗੀ ਅੱਜ ਤੋਂ ਜਾਣੀ ਕਿ 15 ਅਕਤੂਬਰ ਤੋਂ ਗ੍ਰੀਨ ਪਾਸ ਨੂੰ ਵਰਕਪਲੇਸ ਦੇ ਲਈ ਜ਼ਰੂਰੀ ਕਰ ਦਿੱਤਾ ਗਿਆ ਹੈ ਤੀਹਨ ਕੰਪਨੀ ਦੇ ਵਿੱਚ ਆਫਿਸਿਸ ਦੇ ਵਿੱਚ ਕੰਮ ਕਰਨ ਦੇ ਲਈ ਤੁਹਾਡੇ ਕੋ ਵੈਕਸੀਨੇਸ਼ਨ ਦਾ ਸਰਟੀਫਿਕੇਟ ਜਾਂ ਨੀ ਕਿ ਗ੍ਰੀਨ ਪਾਸ ਹੋਣਾ ਜ਼ਰੂਰੀ ਹੈ ਜਾਂ ਫਿਰ ਜਿਨਾਂ ਕੋ ਗ੍ਰੀਨ ਪਾਸ ਨਹੀਂ ਹੈ ਉਹਨਾਂ ਕੋ ਕੋਵਿਡ ਦਾ ਜੋ ਪਹਿਲਾਂ ਹੋ ਤੋ ਸਿਕਯੂਰ ਹੋਇਆ ਜਿਨ੍ਹਾਂ ਨੂੰ ਕੋਵਿਡ ਹੋਇਆ ਹੋਵੇ ਉਹਨਾਂ ਕੋ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਾਂ ਫਿਰ ਨੈਗੇਟਿਵ ਸਵੈਪ ਟੈਸਟ ਹੋਣਾ ਚਾਹੀਦਾ ਹੈ ਇਸ ਵਾਰ ਅਗਲੀ ਨਿਊਜ਼ ਆ ਰਹੀ ਹੈ ਕਿ ਕੈਤਾਨੀਆ ਦੇ ਵਿੱਚ ਦੋ ਟੈਲੀਗ੍ਰਾਮ ਚੈਨਲਾਂ 'ਤੇ ਤੇਜ਼ ਰੋਕਥਾਮ ਤੇ ਉਸ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਤੇ ਜਿਨ੍ਹਾਂ ਦੇ ਵਿੱਚ ਝਾਲੀ ਯਾਨੀ ਕਿ ਫੇਕ ਗ੍ਰੀਨ ਪਾਸ ਵੇਚੇ ਜਾਂਦੇ ਸੀ ਤੇ ਜਾਂਚ ਦੇ ਵਿੱਚ ਇਹ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਟੈਲੀਗ੍ਰਾਮ ਚੈਨਲ ਜਿਹੜੇ ਹੈਗੇ ਆ ਇਹ ਨਕਲੀ ਪਾਸ ਗ੍ਰੀਨ ਪਾਸ ਬੀਚ ਰਹੇ ਹਨ ਤੇ ਜਿਸ ਦੇ ਵਿੱਚ ਲਗਭਗ ਗ੍ਰੀਨ ਪਾਸ ਨੂੰ ਜਿਹੜਾ ਹੈਗਾ 250 ਯੂਰੋ ਦੇ ਵਿੱਚ ਵੇਚਿਆ ਜਾ ਰਿਹਾ ਸੀ ਕਤਾਨੀਆਂ ਦੇ ਪੁੰਡਾਕ ਪੁਲਿਸ ਵਿਭਾਗ ਦੇ ਦੁਆਰਾ ਹੁਣ ਇਸ ਜਿਹੜੇ ਚੈਨਲਸ ਦੇ ਜਿਹੜੇ ਭਾਗੀਦਾਰ ਹੈ ਉਹਨਾਂ ਦੀ ਜਾਂਚ ਉਹਨਾਂ ਦੀ ਜਾਣ ਪਛਾਣ ਕੀਤੀ ਗਈ ਹੈ ਤੇ ਉਹਨਾਂ ਦੇ ਵਿਰੁੱਧ ਜਿਹੜੀ ਹੈਗੀ ਆ ਕਾਨੂੰਨੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜਿਸ ਤਰ੍ਹਾਂ ਜਾਨਦੋ ਕਿ ਅੱਜ ਤੋਂ ਗ੍ਰੀਨ ਪਾਸ ਲਾਗੂ ਹੋ ਰਿਹਾ ਹੈ ਤੇ ਨਿਊਜ਼ ਆ ਰਹੀ ਹੈ ਕਿ ਕੱਲ ਯਾਨੀ ਕਿ ਬੀਤੇ ਹੋਏ ਕੱਲ ਦੇ ਵਿੱਚ ਲਗਭਗ 860000 ਜਿਹੜੇ ਵਿਅਕਤੀ ਹੈ ਉਹਨਾਂ ਨੇ ਉਹਨਾਂ ਦੇ ਦੁਆਰਾ ਗ੍ਰੀਨ ਪਾਸ ਡਾਊਨਲੋਡ ਕੀਤੇ ਗਏ ਹਨ ਜਿੱਥੇ ਕਿ ਗ੍ਰੀਨ ਪਾਸ ਨੂੰ ਲਾਗੂ ਕੀਤਾ ਗਿਆ ਹੈ ਉੱਥੇ ਹੀ ਗ੍ਰੀਨ ਪਾਸ ਦੇ ਵਿਰੋਧ ਦੇ ਵਿੱਚ ਲਗਾਤਾਰ ਪ੍ਰੋਟੈਸਟ ਹੋ ਰਹੇ ਹਨ ਤੇ ਅੱਜ ਤ੍ਰਿਸਤੀ ਦੇ ਵਿੱਚ ਲਗਭਗ 1000 ਤੋਂ ਵੀ ਵੱਧ ਲੋਕਾਂ ਨੇ ਇਸ ਗ੍ਰੀਨ ਪਾਸ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕੀਤਾ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਤ੍ਰਿਸਥੇ ਦੇ ਵਿੱਚ ਵੀ ਅੱਜ ਗ੍ਰੀਨ ਪਾਸ ਦੇ ਵਿਰੋਧੀ ਵਿੱਚ ਕਈ ਜਿਹੜੇ ਉੱਥੇ ਦੇ ਵਰਕਰਸ ਹੈਗੇ ਆ ਜਿਹੜੇ ਜਿਨ੍ਹਾਂ ਨੇ ਕੰਪਨੀ ਦੇ ਵਿੱਚ ਜਿਹੜੇ ਕੰਮ ਕਰਦੇ ਹਨ ਉਹਨਾਂ ਨੇ ਅੰਦਰ ਜਾਣ ਤੋਂ ਮਨਾ ਕੀਤਾ ਹੈ ਤੇ ਉਹ ਬਾਹਰ ਹੀ ਇਸ ਦਾ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਇਸੇ ਤਰ੍ਹਾਂ ਹੀ ਗ੍ਰੀਨ ਪਾਸ ਦੇ ਵਿਰੋਧ ਦੇ ਵਿੱਚ ਮਿਲਾਨ ਦੇ ਵਿੱਚ ਵੀ ਅੱਜ ਪ੍ਰੋਟੈਸਟ ਹੋਇਆ ਹੈ ਇਸ ਵਾਰ ਅਗਲੀ ਨਿਊਜ਼ ਆ ਰਹੀ ਹੈ ਫਰਾਂਸ ਤੋਂ ਫਰਾਂਸ ਦੇ ਵਿੱਚ ਵੀ ਅੱਜ ਤੋਂ ਫਰਾਂਸ ਦੀ ਗਵਰਨਮੈਂਟ ਦੇ ਦੁਆਰਾ ਜਿਹੜਾ ਰੈਪਿਡ ਐਂਟੀਜਨ ਟੈਸਟ ਜਿਹਨੂੰ ਕਿ ਆਪਾਂ ਰੈਪਿਡ ਸਵੈਪ ਟੈਸਟ ਕਹਿੰਦੇ ਹਾਂ ਉਹਨਾਂ ਦੇ ਲਈ ਜਿਹੜੀ ਹੁਣ ਅਨਵੈਕਸੀਨੇਟਡ ਪਰਸਨਸ ਹੈਗੇ ਆ ਉਹਨਾਂ ਦੇ ਲਈ ਹੁਣ ਜਿਹੜਾ ਫ੍ਰੀ ਟੈਸਟ ਹੁੰਦਾ ਸੀ ਉਹ ਵੀ ਹੁਣ ਅੱਜ ਤੋਂ ਬੰਦ ਹੋ ਰਿਹਾ ਹੈ ਤੇ ਫ੍ਰੀ ਜਿਹੜਾ ਵੈਕਸੀਨ ਦਾ ਅਨਵੈਕਸੀਨੇਟਡ ਲਈ ਪਰਸਨਸ ਹੈਗੇ ਆ ਔਰ ਟੈਸਟ ਉਹਨਾਂ ਲਈ ਲਈ ਹੀ ਹੋਵੇਗਾ ਜਿਨ੍ਹਾਂ ਨੂੰ ਕੋਈ ਮੈਡੀਕਲ ਪ੍ਰੈਸਕ੍ਰਿਪਸ਼ਨ ਦੇ ਦੁਆਰਾ ਉਹਨਾਂ ਨੂੰ ਮਿਲੀ ਹੋਵੇ ਜਾਂ ਫਿਰ ਉਹ ਕਰ ਜਿਹੜੇ ਹੈਗੇ ਆ ਮਾਈਨਰਸ ਹੋ ਜਿਨ੍ਹਾਂ ਨੂੰ ਹਾਲੇ ਤੱਕ ਵੈਕਸੀਨ ਨਹੀਂ ਮਿਲੀ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਫਿਲੀਪੀਨਸ ਤੋਂ ਫਿਲੀਪੀਨਸ ਨੇ ਚੀਨ ਤੇ 40 ਤੋਂ ਵੱਧ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਕਵਰਨਟਾਈਨ ਦੀ ਸਮੇਂ ਦੀ ਸੀਮਾ ਨੂੰ ਖਤਮ ਕਰ ਦਿੱਤਾ ਹੈ ਜੇਨਾਂ ਦਾ ਪੂਰੀ ਤਰ੍ਹਾਂ ਵੈਕਸੀਨੇਸ਼ਨ ਹੋ ਚੁੱਕਾ ਹੈ ਤੇ ਇਹ ਨਵਾਂ ਨਿਯਮ ਚੀਨ ਦੇ ਸਮੇਤ ਹੋਰ ਜਿਹੜੇ ਦੇਸ਼ਾਂ ਤੋਂ ਗ੍ਰੀਨ ਲਿਸਟ ਦੇ ਵਿੱਚ ਆਉਣ ਵਾਲੇ ਯਾਤਰੀਆਂ ਤੇ ਸ਼ਨੀਵਾਰ ਤੋਂ 31 ਅਕਤੂਬਰ ਤੱਕ ਸ਼ਨੀਵਾਰ ਤੋਂ ਲੈ ਕੇ 31 ਅਕਤੂਬਰ ਯਾਨੀ ਕਿ ਕੱਲ੍ਹ ਤੋਂ 31 ਅਕਤੂਬਰ ਤੱਕ ਲਾਗੂ ਕੀਤਾ ਜਾਵੇਗਾ ਤੇ ਫਿਲੀਪੀਨਸ ਨੇ ਮਾਰਚ 2020 ਤੋਂ ਲਾਕਡਾਊਨ ਦੇ ਵਿੱਚ ਪਾਉਂਦਿਆਂ ਕਰਕੇ ਵਿਦੇਸ਼ੀ ਯਾਤਰੀਆਂ ਦੇ ਆਉਣ ਤੇ ਪਾਬੰਦੀ ਲਗਾਈ ਸੀ ਤੇ ਇਹ ਸਿਰਫ ਉਹਨਾਂ ਯਾਤਰੀਆਂ ਨੂੰ ਹੀ ਦੇਸ਼ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਸੀ ਜਿਨ੍ਹਾਂ ਕੋਲ ਵਿਸ਼ੇਸ਼ ਵੀਜ਼ੇ ਸਨ ਤੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਕੋਲ ਜਿਨ੍ਹਾਂ ਨੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਨਹੀਂ ਲਗਵਾ ਵੈਕਸੀਨੇਸ਼ਨ ਜਿਨ੍ਹਾਂ ਕੋਲ ਨਹੀਂ ਹੈ ਯਾਨੀ ਕਿ ਜਿਨ੍ਹਾਂ ਦੀ ਵੈਕਸੀਨ ਨਹੀਂ ਲੱਗੀ ਹੈ ਉਹਨਾਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਯਾਤਰਾ ਸੁੰਦੀ ਜੋ ਵੀ ਜ਼ਰੂਰੀ ਟੈਸਟ ਹੈਗੇ ਆ ਉਹਨਾਂ ਨੂੰ ਕਰਵਾਉਣਾ ਪਵੇਗਾ ਜਾਂ ਫਿਰ ਕਰਵਾਂਚ ਅਸਫਲ ਹੋਏ ਹੰਦਾ ਉਹਨਾਂ ਨੂੰ ਆਈਸੋਲੇਸ਼ਨ ਦੇ ਵਿੱਚ ਰਹਿਣਾ ਪਵੇਗਾ ਤੇ ਇੱਥੇ ਰਹਿਣ ਦੇ 5ਵੇਂ ਦਿਨ ਬਾਅਦ ਆਰਟੀਪੀਸੀਆ ਟੈਸਟ ਦੀ ਰਿਪੋਰਟ 네ਗੇਟਿਵ ਆਉਣ ਤੋਂ ਬਾਅਦ ਤੱਕ ਆਉਣ ਤੱਕ ਉਹਨਾਂ ਨੂੰ ਕੁਆਰੰਟਾਈਨ ਦੇ ਵਿੱਚ ਰਹਿਣਾ ਹੋਵੇਗਾ ਇਸੇ ਤਰ੍ਹਾਂ ਹੀ ਅਗਲੀ ਨਿਊਜ਼ ਆ ਰਹੀ ਹੈ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੀ ਸਭ ਤੋਂ ਵੱਧ ਵਾਦੀ ਵਾਲੀ ਸਟੇਟ ਜਿਹੜੀ ਹੈਗੀ ਨਿਊ ਸਾਊਥ ਵੇਲਸ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਹ ਵੈਕਸੀਨੇਸ਼ਨ ਕਰਵਾ ਚੁੱਕੇ ਇੰਟਰਨੈਸ਼ਨਲ ਯਾਤਰੀਆਂ ਦੇ ਲਈ ਹੋਟਲ ਕਵਾਰੰਟਾਈਨ ਦੇ ਨਿਯਮ ਨੂੰ ਹੁਣ ਖਤਮ ਕਰ ਦੇਵੇਗਾ। ਤੇ ਉਹਨਾਂ ਨੇ ਕਿਹਾ ਹੈ ਕਿ ਸਿਡਨੀ ਦੇ ਲਈ ਫਲਾਈਟ ਪਰ ਲੈਂਡ ਤੋਂ ਪਹਿਲਾਂ ਵੈਕਸੀਨੇਸ਼ਨ ਕਰਵਾ ਚੁੱਕੇ ਯਾਤਰੀ ਜਿਨ੍ਹਾਂ ਨੇ ਕੋਵਿਡ-19 ਦਾ ਨੈਗੇਟਿਵ ਟੈਸਟ ਕਰਵਾਇਆ ਹੈ ਉਹ 1 ਨਵੰਬਰ ਤੋਂ ਹੁਣ ਹੋਟਲ ਕਵਾਰੰਟਾਈਨ ਦੇ ਵਿੱਚ 14 ਦਿਨਾਂ ਦੇ ਲਈ ਉਹਨਾਂ ਨੂੰ ਨਹੀਂ ਜਾਣਾ ਪਵੇਗਾ, ਨਹੀਂ ਰਹਿਣਾ ਪਵੇਗਾ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਯੂਕੇ ਤੋਂ। ਯੂਕੇ ਦੇ ਵਿੱਚ ਤੇਜ਼ੀ ਨਾਲ ਵੈਕਸੀਨੇਸ਼ਨ ਕੀਤੇ ਜਾਣ ਤੋਂ ਬਾਅਦ ਵੀ ਕਰੋਨਾ ਇਨਫੈਕਸ਼ਨ ਵਧਦਾ ਜਾ ਰਿਹਾ ਹੈ ਤੇ ਇੱਥੇ ਕੱਲ ਜਾਨੀ ਕਿ ਪਿਛਲੇ 24 ਘੰਟਿਆਂ ਦੇ ਦੌਰਾਨ 45000 ਜਿਹੜੇ ਕੇਸਿਸ ਸਾਹਮਣੇ ਆਏ ਹਨ ਜੋ ਕਿ ਕਾਫੀ ਜ਼ਿਆਦਾ ਗਿਣਤੀ ਵਿੱਚ ਹੈ ਤੇ ਇਹਨਾਂ ਦੇ ਵਿੱਚੋਂ ਜ਼ਿਆਦਾ ਗਿਣਤੀ ਬੱਚਿਆਂ ਦੀ ਹੀ ਹੈ ਤੇ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਦੱਸੀ ਜਾ ਰਹੀ ਹੈ ਕਿ ਬ੍ਰਿਟੇਨ ਦੇ ਵਿੱਚ ਸਕੂਲ ਵੀ ਖੁੱਲ ਚੁੱਕੇ ਹਨ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਸੇ ਕਰਕੇ ਹੀ ਮਾਮਲੇ ਜਿਹੜੇ ਇਨਫੈਕਸ਼ਨ ਦੇ ਹੈਗੇ ਉਹ ਜ਼ਿਆਦਾ ਤੇਜ਼ੀ ਨਾਲ ਵਧ ਰਹੇ ਹਨ ਤੇ ਪਿਛਲੇ 24 ਹਫ਼ਤੇ ਦੇ ਦੌਰਾਨ ਵਿਟੇਨ ਦੇ ਵਿੱਚ 157 ਮੌਤਾਂ ਹੋਈਆਂ ਹਨ ਇਸ ਤੋਂ ਬਾਅਦ ਅਗਲੀ ਨਿਊਜ਼ ਨਾਰਵੇ ਤੋਂ ਆਰੀ ਹੈ ਨਾਰਵੇ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਦੇ ਦੁਆਰਾ ਦੁਕਾਨਦਾਰਾਂ ਤੇ ਤੀਰ ਕਮਾਨ ਦੇ ਨਾਲ ਹਮਲਾ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਤੇ ਫਿਲਹਾਲ ਉਸ ਹਮਲਾਵਰ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਇਸ ਹਮਲੇ ਦੇ ਵਿੱਚ ਦੋ ਲੋਕਾਂ ਦੇ ਕਾਇਲ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਅਸ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ ਤੇ जख्मी ਹੋਣ ਦੇ ਦੇ ਵਿੱਚ ਦੇ ਵਿੱਚੋਂ ਇੱਕ ਵਿਅਕਤੀ ਪੁਲਿਸ ਵਾਲਾ ਵੀ ਸੀ ਤੇ ਜਿਸ ਦੀ ਡਿਊਟੀ ਖਤਮ ਹੋ ਚੁੱਕੀ ਸੀ ਤੇ ਉਹ ਦੁਕਾਨਾਂ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਅੰਦਰ ਸੀ ਜਿਨ੍ਹਾਂ ਜਿਸ ਦੀ ਦੁਕਾਨਾਂ ਦੇ ਉੱਤੇ ਹਮਲਾ ਹੋਇਆ ਸੀ ਤੇ ਉਹ ਵੀ ਇਸ ਜਿਹੜੀ ਹਮਲਾਵਾਰ ਦੀ ਦੇ ਹਮਲੇ ਦਾ ਸ਼ਿਕਾਰ ਹੋ ਗਿਆ ਫਿਲਹਾਲ ਉਸ ਵਿਅਕਤੀ ਬਾਰੇ ਜਾਂਚ ਹੋ ਰਹੀ ਹੈ ਕਿ ਉਸ ਤਰ੍ਹਾਂ ਹਮਲਾ ਕਰਨ ਦਾ ਮੰਤਵ ਕੀ ਸੀ ਤੇ ਇਸ ਦੇ ਬਾਰੇ ਉਸ ਪੁਲਿਸ ਇਸ ਦੇ ਬਾਰੇ ਪੂਰੀ ਜਾਣਕਾਰੀ ਇਕੱਠੀ ਕਰ ਰਹੀ ਹੈ ਇਸ ਚਾਹਤ ਜਿਹਾ ਕੁਝ ਖਾਸ ਨਿਊਜ਼ ਇਸ ਸਿਨੈਰੀਓ ਪਾਕ ਵੀਡੀਓ ਖਤਮ ਕਰਦੇ ਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ